ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਕਿੱਦਾਂ ਹਾਲ ਚਾਲ ਹੈ ਮੇਰੇ ਵੀਰਾਂ ਦਾ, ਭੈਣ ਭਰਾਵਾਂ ਦਾ? ਉਮੀਦ ਕਰਨੀ ਆ ਵਧੀਆ ਹੋਵੋਗੇ ਤੇ ਘੈਂਟ ਹੋਵੋਗੇ ਤੇ ਰੱਬ ਤੁਹਾਨੂੰ ਸਾਰੇ ਆਪਣੀ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਅੱਜ ਅਸੀਂ ਵੇਖਣ ਜਾ ਰਹੇ ਹਾਂ ਜੀ ਸਨੈਕਸ ਐਂਡ ਲੈਡਰਸ। ਸਿਮਰਨ ਕੌਰ ਜੀ ਹੈ, ਉਹਨਾਂ ਦਾ ਗੀਤ ਹੈ ਤੇ ਸਜਾਦ ਵੀਰੇ ਕੋਲ ਪੁੱਛਣੇ ਆ ਕਿ ਉਹ ਕੀ ਕਹਿਣਗੇ ਇਸ ਗੀਤ ਬਾਰੇ। ਸਨੈਕਸ ਐਂਡ ਲੈਡਰਸ, ਆਈ ਥਿੰਕ ਲੁੱਡੋ ਦਾ ਜਿਵੇਂ ਸੱਪ ਤੇ ਪੌੜੀਆਂ ਹੁੰਦੀਆਂ ਨੇ ਨਾ, ਲੁੱਡੋ ਦੀ ਬੈਕ ਸਾਈਡ ਦੇ ਉੱਤੇ ਤੁਸੀਂ ਵੇਖਿਆ ਸੱਪ ਵੀ ਹੁੰਦੇ ਨੇ, ਪੌੜੀ ਉੱਤੇ ਚੜ੍ਹਦੀ ਤੇ ਸੱਪ ਡੰਗ ਮਾਰ ਕੇ ਥੱਲੇ, ਜਿਵੇਂ ਭਾਭੀ ਸਾਰੇ ਤੈਨੂੰ ਕਹਿੰਦੇ ਨੇ ਤੂੰ ਨੜੀਨੇ ਵਾਲਾ ਸੱਪ ਹੈ, ਮੂੰਹ ਤੇ ਤੇਰਾ ਲੱਗਦਾ। ਨਹੀਂ ਨਹੀਂ, ਸੀਰੀਅਸ ਗੱਲ ਕਰ ਰਹੇ, ਇਹ ਐਕਚੁਅਲੀ ਨਾ ਕੋਈ ਇਵੇਂ ਦਾ ਗਾਣਾ ਹੋਣ ਵਾਲਾ ਕਿ ਆਪਣੇ ਵਿੱਚ ਵੇਖੋ, ਕਈ ਬੰਦੇ ਤੁਹਾਨੂੰ ਸਪੋਰਟ ਕਰ ਰਹੇ ਹੁੰਦੇ ਨੇ ਅੱਗੇ ਵਧਣ ਵਾਸਤੇ, ਤੇ ਕਈ ਬੰਦੇ ਉਤੋਂ ਡੰਗ ਵੀ ਮਾਰਦੇ ਨੇ ਕਿ ਬੰਦਾ ਅੱਗੇ ਨਾ ਜਾਏ, ਲੱਤਾਂ ਖਿੱਚਣ ਵਾਲੇ ਜਿਹੜੇ ਹੁੰਦੇ ਨੇ। ਆਈ ਥਿੰਕ ਇਸ ਤੋਂ ਰਿਲੇਟਡ ਕੁਝ ਹੋਏਗਾ, ਟਾਈਟਲ ਤੋਂ ਤਾਂ ਇਦਾਂ ਲੱਗਣ ਡਿਆ, ਬਾਕੀ ਹੁਣ ਗਾਣਾ ਸੁਣਨੇ ਆ ਤੇ ਆਪਾਂ ਨੂੰ ਪਤਾ ਲੱਗਦਾ। ਪਲੇ ਕਰੀਏ ਫਿਰ, ਜੀ ਬਿਲਕੁਲ, ਚਲੋ ਜੀ ਸੁਣ ਕੇ ਵੇਖ ਲੈਨੇ ਆਪਾਂ। ਮਰ ਜਾਂਗੀ ਤੇਰੇ ਬਿਨਾਂ, ਤੈਨੇ ਸੋਚਿਆ ਹੋਊਗਾ ਪਰ ਨਿਉ ਨੀ ਸੋਚਿਆ ਹੋਊਗਾ ਕਿ ਕੋਈ ਸਲੋਚਾ ਹੋਊਗਾ, ਤੈਨੇ ਨੂੰ ਲੱਗੇ ਥਾ ਮੂਮ ਗਾ ਸਰ, ਪਰ ਛੋਰੀ ਦਾ ਦਿਲ ਸਟੋਨ ਗਾ ਸਰ, ਸੱਚੀ ਸੇ ਪੂਰੀ ਰਾਤ ਸੋਕੋ ਨੀ ਮੈਂ, ਪਰ ਲਾਈਨਰ ਫੈਲਾ ਕੇ ਕਦੇ ਰੋਕੋ ਨੀ ਮੈਂ, ਮਨੇ ਪੀਸੀ ਡਿਫੈਕਟ। ਰੈਪ ਤੋਂ ਕੀ ਲੱਗ ਰਿਹਾ, ਮੈਂ ਨਹੀਂ ਤਾਂ ਕੌਣ ਵੇ, ਹੈ ਨਾ ਉਹ, ਮੈਨੂੰ ਮਤਲਬ ਉਹ ਸੀਨ ਵੇਖ ਕੇ ਨਾ ਅਚਾਨਕ ਮੇਰੇ ਜ਼ਿਹਨ 'ਚ ਉਹ ਆ ਗਿਆ, ਔਰ ਇਹਨਾਂ ਦੀ ਮਤਲਬ ਸ਼ਕਲ ਸ਼ੁਕਲ ਵੀ ਉਹਨਾਂ ਨਾਲ ਮਿਲਦੀ ਹੈ, ਮਤਲਬ ਹਾਂ ਆਵਾਜ਼ ਵੀ ਉਹੀ ਐਕਸੈਂਟ। ਮੈਂ ਨਹੀਂ ਤਾਂ, ਮੈਂ ਕਿਹਾ ਮੈਨੂੰ ਐਵੇਂ ਲੱਗਣ ਡਿਆ ਕਿ ਜਿਵੇਂ ਹੁਣੇ ਆ ਜਾਣਾ, ਮੈਂ ਨਹੀਂ ਤਾਂ ਕੌਣ ਵੇ, ਅਗਰ ਇਹਨਾਂ ਕਹਿ ਦੇਣਾ ਆ ਗਿਆ। ਬੇਕਾਰ ਮਿਲਿਆ ਰਹਿ ਆ ਤੂੰ, ਮਨ ਤੇਰੇ ਜਿਸ ਯਾਰ ਮਿਲਿਆ ਰਹਿ, ਪਿਆਰ ਕੇ ਨਾਮ ਪੈ ਗੱਦਾਰ ਮਿਲਿਆ ਰਹਿ ਆ ਤੂੰ, ਬੈਠੀ ਹੋਵੇ ਨਾ ਪਾਏਗਾ। ਚਲੋ ਜੀ, ਆਪਾਂ ਜਿਹੜਾ ਸੋਚ ਰਹੇ ਸਾਂ ਕਿ ਉਦਾਂ ਦਾ ਗਾਣਾ ਹੋਣਾ, ਐਕਚੁਅਲੀ ਉਵੇਂ ਦਾ ਨਿਕਲਿਆ ਨੀਗਾ। ਅਸੀਂ ਮੇਰੇ ਮਾਇੰਡ ਵਿੱਚ ਇਹ ਸੀ ਕਿ ਇਹਨਾਂ ਦੇ ਗੀਤ ਜਿਹੜੇ ਹੁੰਦੇ ਨੇ ਨਾ,
ਉਹ ਮੋਸਟਲੀ ਮਤਲਬ ਜਿਵੇਂ ਕਿ ਆਪਣੀ ਕੌਮ ਵਾਸਤੇ ਇਹ ਤਾਂ ਆਪਾਂ ਇਹਨਾਂ ਦੇ ਜਿਹੜੇ ਪਿਛਲੇ ਗਾਣੇ ਸੁਣੇ ਨੇ ਕਿ ਉਹਦੇ ਵਿੱਚ ਕਿ ਖਰੀਆਂ ਖਰੀਆਂ ਗੱਲਾਂ ਸੁਣਾਉਂਦੀਆਂ ਤੇ ਅੱਜ ਉਹਨਾਂ ਨੇ ਥੋੜੀ ਡਿਫਰੈਂਟ ਆਪਣੀ ਗੱਲਬਾਤ ਕਰ ਲਈ ਹੈ ਵਿੱਚ ਸੁਣਾਈਆਂ ਉਹਨਾਂ ਨੇ ਅੱਜ ਵੀ ਖਰੀਆਂ ਲੇਕਿਨ ਅੱਜ ਸੁਣਾਈਆਂ ਕਿਨੂੰ ਨੇ ਹਾਂ ਅੱਜ ਸੁਣਾਈਆਂ ਕਿਨੂੰ ਨੇ ਇਹਦੇ ਮੈਨੂੰ ਨਾ ਭਰਜਾਈ ਦੀ ਆਵਾਜ਼ ਆਉਣ ਡਈ ਸੀ ਕਿ ਜਿਵੇਂ ਸਣੀ ਵਾਸਤੇ ਗਾਣਾ ਗਾਇਆ ਕਿਉਂਕਿ ਇਹ ਗੇਮਾਂ ਦਾ ਬੜਾ ਸ਼ੌਕੀਨ ਹੈ ਇਹ ਉਹ ਆਂਦੀ ਇਹ ਭੱਜ ਭੱਜ ਕੇ ਪੌੜੀ ਚੜੇਗਾ ਨਾ ਤੇ ਅੱਗੋਂ ਸੱਪ ਬਣ ਕੇ ਮੂਹਰੇ ਆਵਾਂਗੇ ਸਾਹਮਣੇ ਆਵਾਂਗੇ ਹਾਂ ਤੇ ਉਹ ਫਿਰ ਲੱਗ ਕੁਝ ਇਵੇਂ ਦਾ ਹੀ ਰਿਹਾ ਸੀ ਕੰਮ ਤੇ ਇਸ ਤੋਂ ਹੁਣੇ ਤਿਆਰ ਕਰ ਲਿਆ ਤੂੰ ਤੇ ਨਹੀਂ ਨਹੀਂ ਮੈਂ ਤਾਂ ਹੀ ਕਿਹਾ ਸੀ ਮੈਂ ਕਿਹਾ ਭਰਜਾਈ ਤੈਨੂੰ ਜਿਵੇਂ ਛੇੜਦੇ ਨਹੀਂ ਤੂੰ ਨੇੜੇ ਨੇੜੇ ਸੱਪ ਤੇ ਡੰਗ ਲੈਣੀ ਹੈ ਕਿੰਨੇ ਹਿਲਾ ਕੇ ਰੱਖਦਾ ਮੁੰਡਿਆਂ ਨੂੰ ਆਵਾਜ਼ ਨੇ ਧੜਲੇ ਨੇ ਤੇ ਉਹਨਾਂ ਦੇ ਜਿਹੜੇ ਡਾਇਲੋਗ ਨੇ ਮੁੰਡਿਆਂ ਨੂੰ ਇੱਕ ਵਾਰੀ ਤੇ ਉਹਨੇ ਕਿਹਾ ਤੁਸੀਂ ਐਵੇਂ ਜਿਹੜੀ ਮਾਸੂਮ ਕੁੜੀਆਂ ਨੇ ਨਾ ਉਹਨੇ ਦੱਸਿਆ ਉਹਨਾਂ ਨੂੰ ਕਿ ਇੱਦਾਂ ਮੁੰਡਿਆਂ ਨੂੰ ਖਿੱਚ ਕੇ ਰੱਖਿਆ ਕਰੋ ਗੱਲ ਹੋਵੇ ਕਿੱਦਾਂ ਸੁਣਾ ਦਿਆ ਕਰੋ ਤੁਸੀਂ ਜਿਹੜਾ ਸਾਨੂੰ ਨਾ ਪਿਆਰ ਨਾਲ ਧੋਖਾ ਦੇਣਾ ਤੇ ਇਹ ਚੀਜ਼ਾਂ ਨੂੰ ਅੱਜ ਕੱਲ ਦਾ ਉਹ ਦੌਰ ਨਹੀਂ ਹੈਗਾ ਅੱਜ ਕੱਲ ਸਟ੍ਰੇਟ ਫਾਰਵਰਡ ਹੋ ਗਿਆ ਸਟ੍ਰੇਟ ਫਾਰਵਰਡ ਚਲੋ ਜੀ ਬਾਕੀ ਕਿੱਦਾਂ ਲੱਗਾ ਤੁਹਾਨੂੰ ਗੀਤ ਕਮੈਂਟ ਕਰਕੇ ਜ਼ਰੂਰ ਦੱਸਿਓ ਡਿਫਰੈਂਟ ਗਾਣਾ ਅੱਜ ਆਪਾਂ ਇਹਨਾਂ ਦਾ ਸੁਣਿਆ ਇਹਨਾਂ ਦੇ ਪਹਿਲੇ ਜਿਹੜੇ ਗੀਤ ਸਨ ਉਹ ਮਤਲਬ ਹੋਰ ਟਾਈਪ ਦੇ ਹੁੰਦੇ ਸਨ ਅੱਜ ਇੱਕ ਉਹਨਾਂ ਨੇ ਮਤਲਬ ਹੈ ਤਾਂ ਇਹ ਵੀ ਹੋਰ ਟਾਈਪ ਦਾ ਹੀ ਸੀ ਲੇਕਿਨ ਇਹ ਹੈ ਕਿ ਉਹਦੇ ਨਾਲ ਉਹਨਾਂ ਦੇ ਵਰਗਾ ਨਹੀਂ ਸੀ ਇਹ ਡਿਫਰੈਂਟ ਇੱਕ ਚੀਜ਼ ਸੀ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਹੁਣ ਅਗਲੇ ਵੀਡੀਓ 'ਚ ਮਿਲਦੇ ਹਾਂ ਜੀ ਰੱਖੋ ਆਪਣਾ ਬਹੁਤ ਸਾਰਾ ਖਿਆਲ